ਹੈਲੋ ਜੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ। ਅਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਟਾਈਮ ਦੇ ਨਾਲ ਹੀ। ਟਾਈਮ ਹੋ ਗਿਆ ਸਵੇਰ ਦਾ ਪੂਰੇ 11 ਵਜੇ ਦਾ, ਅਤੇ ਅੱਜ ਆਪਾਂ ਅਜੇ ਰੋਟੀ ਬਣਾਉਣੀ ਆ ਕਿਉਂਕਿ ਜਗਰੂਪ ਘਰ ਨਹੀਂ ਹੈਗੇ। ਪ੍ਰਭ ਤੈਨੂੰ ਅੱਜ ਛੁੱਟੀ ਕੀਤੀ, ਪ੍ਰਭ ਨੇ ਅਤੇ ਪ੍ਰਭ ਨੂੰ ਕਰੀ ਜਾਂਦੇ ਮੰਮਾ ਭੁੱਖਣੀ ਲੱਗੀ, ਭੁੱਖਣੀ ਲੱਗੀ। ਉਹਨੇ ਇੱਕ ਨਾ ਸਵੇਰੇ ਸਵੇਰੇ ਆਦਤ ਬਣੀ ਪਈ ਆ ਵੀ ਸਵੇਰੇ ਸਵੇਰੇ ਨਾ ਚਾਹ ਦੇ ਨਾਲ ਖਾ ਲਈ ਦੀ ਇੱਕ ਪਿੰਨੀ, ਅਤੇ ਜਦੋਂ ਇੱਕ ਪਿੰਨੀ ਖਾ ਲਈ ਦੀ ਅਤੇ ਫਿਰ ਸਾਰਾ ਦਿਨ ਭੁੱਖ ਨਹੀਂ ਲੱਗਦੀ, ਅਤੇ ਸਾਰਾ ਦਿਨ ਕੀ ਕਾਫੀ ਟਾਈਮ ਤੱਕ ਭੁੱਖ ਨਹੀਂ ਲੱਗਦੀ। ਹੁਣ ਜਿਵੇਂ 11 ਵਜੇ ਚੱਲੇ ਤੱਕ ਭੁੱਖ ਨਹੀਂ ਲੱਗੀ, ਅਤੇ ਆਪਾਂ ਲੈ ਨਹਾ, ਪ੍ਰਭ ਨੇ ਲਿਆ ਵੀ ਨਹਾ ਅਤੇ ਕੰਮ ਕਾਰ ਆਪਾਂ ਸਾਰੇ 'ਚ ਕਰ ਲਏ। ਕਵਲ ਆਈ ਸੀਗੀ ਰਾਤੀ ਜਿੱਦਾਂ ਤੁਹਾਨੂੰ ਪਤਾ ਹੈ, ਅਤੇ ਉਹ ਸਾਰੀ ਸਾਫ਼ ਸਫਾਈ ਆਲਮੋਸਟ ਕਰ ਗਈ। ਕੱਪੜੇ ਜੋੜ ਕੇ ਰੱਖਣ ਵਾਲੇ ਮੈਂ ਤੈਅ ਕਰਕੇ ਰੱਖ ਲਏ, ਜਿੰਨੇ ਜਿੰਨਾ ਮੇਰਾ ਮਤਲਬ ਕਿ ਜਿੰਨਾ ਜਿੰਨਾ ਮੇਰਾ ਕੰਮ ਸੀਗਾ ਉਹ ਮੈਂ ਕਰ ਲਿਆ ਆਲਮੋਸਟ। ਹੁਣ ਮੇਰੀ ਲੱਤ ਬਿਲਕੁਲ ਠੀਕ ਆ, ਅਤੇ ਟੱਚ ਵੁੱਡ ਰੱਬ ਕਰੇ ਠੀਕ ਹੀ ਰਹੇ ਟੱਚ। ਅਤੇ ਹੁਣ ਆਉਣ ਲੱਗਿਆ ਗੈਸਟ ਫੋਨ ਆਇਆ, ਮਾਮਾ ਜੀ ਆਏ ਆ ਮੇਰੇ, ਅਤੇ ਉਹ ਉੱਥੇ ਮੰਮੀ ਉਹਨਾਂ ਦੇ ਕੋਲ ਆਏ ਸੀ, ਅਤੇ ਹੁਣ ਇੱਧਰ ਨੂੰ ਆਉਣ ਲੱਗੇ ਆ। ਅਤੇ ਹੁਣ ਵੈਸੇ ਮੈਂ ਲੱਗੀ ਲੂਣ ਵਾਲਾ ਚੌਲ ਬਣਾਉਣਾ, ਮੈਨੂੰ ਲੱਗਦਾ ਨਾਲ ਹੀ ਚਾਹ ਵੀ ਬਣਾਉਣੀ ਪੈਣੀ ਹੈ। ਅਤੇ ਮੈਂ ਚਲੋ 10-15 ਮਿੰਟਾਂ 'ਚ ਉਹਨਾਂ ਇੱਥੇ ਆ ਜਾਣਾ ਕਿਉਂਕਿ ਪੇਕੇ ਮੇਰੇ ਐਡੀ ਦੂਰ ਨਹੀਂ ਹੈਗੇ, ਤੁਹਾਨੂੰ ਪਤਾ ਹੀ ਆ। ਅਤੇ 5 ਮਿੰਟਾਂ 'ਚ ਹੀ ਗੈਸਟ ਆ ਜਾਂਦਾ ਜਿਹੜਾ ਵੀ ਆਉਣਾ ਵੇ। ਅਤੇ ਅੱਜ ਪ੍ਰਭ ਨੇ ਛੁੱਟੀ ਆ, ਛੁੱਟੀ ਨਹੀਂ ਆ ਮਤਲਬ ਛੁੱਟੀ ਉਹਨੇ ਕੀਤੀ ਹੈ ਕਿਉਂਕਿ ਗੇਮਸ ਹੁੰਦੀਆਂ ਪਈਆਂ ਉਹਨਾਂ ਸਕੂਲੇ, ਅਤੇ ਕੋਈ ਸਟੱਡੀ ਵਗੈਰਾ ਹੁੰਦੀ ਨਹੀਂ ਪਈ, ਇਸ ਕਰਕੇ ਉਹਨੇ ਛੁੱਟੀ ਕੀਤੀ ਹੈ। ਜਗਰੂਪ ਹੁਣ ਗੁਰਦੁਆਰੇ ਗਿਆ, ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਰੋਟੀ ਬਣਾਉਣੀ। ਇੱਕ ਵਾਰੀ ਉਹ ਕਹਿ ਗਏ ਹਾਏ ਮੈਨੂੰ ਭੁੱਖ ਲੱਗੀ, ਮੈਨੂੰ ਭੁੱਖ ਲੱਗੀ, ਅਤੇ ਉੱਧਰੋਂ ਮੈਂ ਉਹਨਾਂ ਨੂੰ ਫੋਨ ਆ ਗਿਆ ਗੁਰਦੁਆਰਾ ਸਾਹਿਬ ਤੋਂ, ਫਿਰ ਉੱਧਰ ਨੂੰ ਜਾਣਾ ਪਿਆ ਉਹਨਾਂ ਨੂੰ। ਅਤੇ ਕਿਸੇ ਨੂੰ ਪਤਾ ਨਹੀਂ ਕੀ ਕਹਿਣਾ ਸੀਗਾ, ਅਤੇ ਇੱਦਾਂ ਸੁਣੋ ਜੀ ਆਪਣੀ ਪੂਰੀ ਧੁੱਪ ਮਾਣ ਰਹੀ ਇੱਧਰ ਕੋ ਪੂਰੀ। ਅਤੇ ਹੁਣ ਆਪਾਂ ਗੈਸਟ ਦੀ ਕਰਦੇ ਹਾਂ ਵੇਟ, ਅਤੇ ਕਰਦੇ ਹਾਂ ਆਪਣੇ ਕੰਮ ਕਰਦੇ ਰੱਬ 'ਚ ਬਣਾਉਣੇ ਆ ਨਮਕੀਨ ਚੌਲ, ਵਾਹ ਕਰਾਰੇ ਜੇ, ਟੇਸਟੀ ਜੇ। ਅਤੇ ਫਿਰ ਫੇਸ ਮੇਰਾ ਜ਼ਿਆਦਾ ਨਹੀਂ ਆਇਆ, ਰੈੱਡ ਰੈੱਡ ਹੋਇਆ ਮੇਰਾ ਨਾ ਧੁੱਪੇ ਬੈਠਿਆਂ ਫੇਸ, ਐਂ ਪੂਰਾ ਰੈੱਡ ਹੋ ਜਾਂਦਾ ਪਤਾ ਨਹੀਂ ਕਿਉਂ। ਅਤੇ ਮਿਲਦੇ ਹਾਂ ਪਤਾ ਨਹੀਂ ਥੋੜ੍ਹੀ ਦੇਰ ਬਾਅਦ। ਪੌਣੇ 1 ਵਜੇ ਦਾ ਟਾਈਮ ਹੋ ਗਿਆ, ਮੈਂ ਦੇਖ ਆਈ, ਹੁਣ ਦੇਖ ਆਇਆ। ਅਤੇ ਆਪਾਂ ਬਣਾਏ ਚੌਲ ਲੂਣ ਵਾਲੇ, ਅਤੇ ਇੱਧਰ ਸਮੋਈ ਸਾਡੇ ਵੱਲ ਵੇਖਣ ਦੇ ਹੀ ਲੈ ਖਾ। ਅਤੇ ਸਾਡੇ ਘਰ ਆਏ ਆ ਪ੍ਰਾਹੁਣੇ ਮੇਰੇ ਮਾਮਾ ਜੀ, ਅਤੇ ਹੈਂ ਆਹ ਪਾ ਨਾ ਕਰ ਠੰਡੇ, ਇਹੋ ਕਰ ਇਹੋ ਕਰ ਕੰਦੇ ਲਾ ਦੇ ਇਹੋ ਖਾ। ਅੱਜ ਬੜੇ ਦਿਨਾਂ ਬਾਅਦ ਲੂਣ ਵਾਲੇ ਚੌਲ ਬਣਾਏ, ਤੇ ਬੜੇ ਸਵਾਦ ਲੱਗੇ। ਸਵਾਦ ਲੱਗੇ ਕਿ ਨਹੀਂ ਮੁੰਡਿਆ? ਠੀਕ ਆ, ਸਵਾਦ ਨਹੀਂ ਗਏ ਹੈਗੇ, ਠੀਕ ਲੂਣ ਤਾਂ ਕੱਖ ਹੈਗਾ, ਨਾ ਕੋਈ ਤੜਕੇ ਦਾ ਸਵਾਦ, ਨਾ ਕੋਈ ਲੂਣ ਦਾ ਸਵਾਦ, ਮਤਲਬ ਮੂੰਹ ਤੇ ਬੇਇੱਜ਼ਤੀ, ਮੂੰਹ ਤੇ ਹੀ ਬੇਇੱਜ਼ਤੀ, ਕੈਮਰੇ ਸਾਹਮਣੇ ਬੇਇੱਜ਼ਤੀ, ਬੰਦਾ ਮਾੜੀ ਮੋਟੀ ਇੱਜ਼ਤ ਹੀ ਕਰ ਲੇ ਨਾ। ਉੱਧਰ ਅੰਦਰ ਆਏ ਮੇਰੇ ਮਾਮਾ ਜੀ, ਤੇ ਉਹਨਾਂ ਨੂੰ ਚਾਹ ਪਿਆ ਕੇ, ਆਹੋ, ਤੇ ਹੁਣ ਜਗਰੂਪ ਨੂੰ ਭੇਜਿਆ ਅੰਦਰ ਵੀ ਉਹਨਾਂ ਦੇ ਅੱਗੇ ਬਹੁਤ ਜਾ ਕੇ ਘੜੀ, ਵਿਚਾਰੇ ਆਏ ਆ ਤੇ ਕੀ ਆਖਣਗੇ, ਗੋਲੀ ਮਾਰਤੀ, ਗੋਲੀ ਮਾਰਤੀ ਉੱਧਰ ਬਾਦਲ ਨੂੰ, ਗੋਲੀ ਉਹਨੂੰ ਸੁਖਬੀਰ ਬਾਦਲ ਨੂੰ ਗੋਲੀ ਵੱਜ ਗਈ, ਅਤੇ ਹੁਣ ਉੱਥੇ ਚਰਚਾ ਚੱਲਣੀ ਹੋਣਾ, ਹੁਣ ਉੱਥੇ ਚਰਚਾ ਹੋਣੀ ਉਹਨਾਂ ਦੀ। ਮਾਮਾ ਬੈਠਾ ਵੇਖਣ ਦਿਆ, ਨਹੀਂ ਡੈਡੀ ਗਏ ਆ ਬਾਹਰ, ਡੈਡੀ ਆਉਂਦੇ ਆ, ਉੱਧਰ ਔਲ ਹੈ ਉਹ ਕਰਦੀ ਆ। ਰੱਬ ਜਲਦੀ ਖਾ, ਆਪਣੇ ਲਈ ਸਟੋਲ ਲਿਆ ਦੇ ਪ੍ਰਭ, ਵੇ ਕਿੱਡਾ ਪਵਾ ਕੇ ਬੈਠਾ ਇੱਧਰ, ਸੋਹਣਾ ਬੜਾ ਲੱਗਣ ਦਿਆ, ਲੱਗਦਾ ਕੁਝ ਹੈਂ, ਨਹੀਂ ਬਹੁਤ ਸੋਹਣਾ ਲੱਗਣ ਦਿਆ ਵਾ, ਤਾਂ ਹੀ ਉੱਥੇ ਕਹਿਣ ਦਈ ਆ ਵੀ ਵੇ ਕਿੱਦਾਂ ਪਵਾ ਕੇ ਬੈਠਾ ਆਪਦੇ, ਵੇ ਪ੍ਰਭ ਏਦਾਂ ਖਾਂਦੇ। ਕਿਸੇ ਨੇ ਚੌਲ ਕਦੀ ਘਿਓ ਪਾ ਕੇ ਖੁੱਲ੍ਹਾ, ਪ੍ਰਭ ਦੀ ਆਦਤ ਵੀ ਇਹਨੇ ਦੇਸੀ ਘਿਓ ਪਾ ਕੇ ਅਤੇ ਫਿਰ ਖਾਣੇ ਚੌਲ ਆ। ਲੋ ਗਏ ਸਾ ਪਾ ਗਿਆ ਬਾਹਰ, ਅਤੇ ਪੀ ਲੱਗਿਆ ਚਾਹ, ਮਾਮਾ ਜੀ ਨੂੰ ਆਏ ਸੀ ਅਤੇ ਆਪਾਂ ਬਣਾਈਆਂ ਚਾਹ, ਅਤੇ ਜਗਰੂਪ ਉਹਨਾਂ ਨੂੰ ਚਾਹ ਪਿਆ ਕੇ ਅਤੇ ਪੀ ਕੇ, ਅਤੇ ਨਾਲ ਹੀ ਆਪ ਲੰਮੇ ਪੈ ਗਏ ਸਾਡੇ ਘਰ ਪ੍ਰਾਹੁਣੇ। ਉਹਨਾਂ ਨੇ ਵਿਚਾਰਿਆਂ ਨੇ ਭਾਵੇਂ ਨਾ ਹੀ ਸੌਣਾ ਹੋਵੇ, ਅਤੇ ਜਗਰੂਪ ਕਹਿੰਦੇ ਮਾਮਾ ਜੀ ਆਇਓ ਘੜੀ ਸੌਂਗੇ, ਅਤੇ ਕਰਕੇ ਬਲਬ ਬੰਦ ਅਤੇ ਸੌਂਗੇ ਦੋਵੇਂ ਜਣੇ, ਅਤੇ ਸਾਨੂੰ ਕੱਢਤਾ ਬਾਹਰ, ਅਤੇ ਦੇਖਣ ਵੀ ਇਹ
ਕਿੱਦਾਂ ਦੇ ਕੰਮ ਹੈ। ਅਗਲੇ ਨੇ ਭਾਵੇਂ ਨਾ ਵੀ ਸੋਹਣਾ ਹੋਵੇ ਤੇ ਮੈਨੂੰ ਤਾਂ ਕਿਹੜਾ ਹੀ ਸਵਾਲ ਹੈ ਉਹ ਰੱਬਣਾ। ਹਾਂਜੀ ਆਪਾਂ ਕਿਤੇ ਘਰ ਪਰਾਉਣੇ ਜਾਈਏ ਤੇ ਅਗਲਾ ਆਪਾਂ ਨੂੰ ਆਖਿਆ ਅੱਜ ਸਾਈਏ ਬਹਿ ਜਾਓ ਖੜੀ ਤੇ ਆਪਾਂ ਹੈ ਨਾ ਆਪਾਂ ਗਾਹਕ ਗਏ ਤੇ ਘੁੰਮਣ ਫਿਰਨਾ ਹੈ ਤੇ ਤੀਆਂ ਨੂੰ ਸਵਾਲ ਤਾ ਉਹਨੇ ਮਾਮੇ ਨਾਲ ਕੋਈ ਗੱਲਾਂ ਬਾਤਾਂ ਨਹੀਂ ਤੇ ਸੌਂ ਕੇ ਸੁਣਾਈ ਆ ਜਾ ਅਤੇ ਸੁਣਾਈ ਬਿਸਕੁਟ ਤੇ ਭੁੱਜੀ ਬਣ ਕੇ ਪਈ ਆ ਆਪ ਹੀ ਤਿਲਕਦੀ ਫਿਰਦੀ ਮੈਂ ਥੋੜਾ ਕਿਹਾ ਇੱਕ ਰੀਲ ਬਣਾਉਣ ਲੱਗੀ ਹਾਂ ਇੰਸਟਾ ਤੇ ਧੁੱਪੇ ਬਹਿਣ ਵਾਲੀ ਤੇ ਛਾਵੇਂ ਬਹਿਣ ਵਾਲੀ ਧੁੱਪ ਲੱਗਦੀ ਆ ਗਰਮੀ ਲੱਗਦੀ ਆ ਤੇ ਛਾਵੇਂ ਵਾਲੀ ਤੇ ਛਾਂ ਲੱਗਦੀ ਆ ਠੰਡ ਲੱਗਦੀ ਸੌਰੀ ਠੰਡ ਲੱਗਦੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਚਾਰਾਂ ਦੇ ਹਨਾ ਗੈਸ ਨਹੀਂ ਹੈਗੇ ਤੇ ਚੁੱਲ੍ਹੇ ਬਾਲਦੇ ਆ ਵਿਚਾਰੇ ਦੁਪਹਿਰੇ ਦੁਪਹਿਰੇ ਸਵੇਰੇ ਮਤਲਬ ਕਿ ਦੁਪਹਿਰ ਦੇ ਲਈ ਦੁਪਹਿਰੇ ਜਾਂਦੇ ਆ ਬਾਲਣ ਲੈ ਕੇ ਆਉਂਦੇ ਰਾਤ ਦਾ ਕੁਕਿੰਗ ਪਾਣੀ ਬਣਾਉਣ ਵਾਸਤੇ ਮਤਲਬ ਇਹੋ ਜਿਹੇ ਵੀ ਅੱਜ ਕੱਲ੍ਹ ਅਜੇ ਵੀ ਲੋਕ ਇਹੋ ਜਿਹੇ ਹੈਗੇ ਕਿ ਜਿਹੜੇ ਬਾਲਣ ਲਿਆ ਕੇ ਅਤੇ ਰੋਟੀ ਪਾਣੀ ਬਣਾਉਂਦੇ ਗੁਜ਼ਾਰਾ ਕਰਦੇ ਆ ਕਈਆਂ ਘਰਾਂ 'ਚ ਅਜੇ ਵੀ ਗੈਸ ਨਹੀਂ ਹੈਗਾ ਹਨਾ ਗੈਸ ਹੈਗਾ ਤੇ ਫਿਰ ਭਰਾਉਂਦੇ ਪੈਸੇ ਨਹੀਂ ਭਰਾਉਂਦੇ ਪੈਸੇ ਨਹੀਂ ਹੈਗੇ ਉਹੀ ਨਾ ਕਰ ਵੀ ਗੱਲ ਹੈਗੀ ਕਈਆਂ 'ਚ ਗੈਸ ਹੈਗਾ ਵੀ ਆ ਪਰ ਭਰਾਉਂਦੇ ਪੈਸੇ ਨਹੀਂ ਹੈਗੇ ਕਿਉਂਕਿ ਸਹੂਲਤ ਤਾਂ ਦਿੱਤੀ ਸਰਕਾਰ ਨੇ ਪਰ ਉਹਨੂੰ ਮਹਿੰਗਾ ਬੜਾ ਕੀਤਾ ਮੰਨ ਲਓ ਕਿ ਦੋ ਦਿਹਾੜੀਆਂ ਗਈਆਂ ਇੱਕ ਸਿਲੰਡਰ 'ਚ ਹਾਂ ਇੱਕ ਸਿਲੰਡਰ ਤੇ ਸਿਲੰਡਰ ਤਾਂ ਮਹੀਨੇ 'ਚ ਗਿਆ ਰਿਹਾ ਹੁਣ ਕਈਆਂ ਘਰਾਂ 'ਚ ਇਹ ਹੁੰਦਾ ਵੀ ਰੋਜ਼ ਰੋਟੀ ਪਾਣੀ ਬਣਦਾ ਸਭ ਕੁਛ ਉੱਤੇ ਬਣਦਾ ਅਤੇ ਵਿਚਾਰੇ ਕਈ ਐਵੇਂ ਕਰਦੇ ਨਾ ਕਿ ਜਿਵੇਂ ਹੁਣ ਸੱਜੇ ਭਾਈ ਕਮਲੋ ਨੀ ਕਮਲੋ ਛੋਈ ਆ ਵੇ ਫੋਨ ਸਿੱਟ ਸਲਾਮ ਆਈ ਦੁਪਹਿਰ ਦੀ ਸਲਾਹ ਮਾੜੀ ਮੇਰੀ ਸਲਾਹ ਹਰ ਇੱਕ ਟਾਈਮ ਹੀ ਮਾੜੀ ਆ ਲੱਗਣਾ ਵਾ 9:30 ਮੈਸੇਜ ਆ ਗਿਆ ਵਾ ਮੈਂ ਉਹਦੇ ਦੀ ਡਾਇਰੀ ਤੋਂ ਵੇਖ ਲਿਆ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਆਪਾਂ ਟਾਈਮ ਨਾਲ ਹੀ ਉੱਠ ਕੇ ਬਹਿ ਜਾਣਾ ਸੀਗਾ ਹੈ ਛੁੱਟੀ ਉਹਨੇ 3:00 ਇੱਧਰ ਐਵੇਂ ਸੇਮ ਹੀ ਲੱਗਣਾ ਟਾਈਮ ਕਿੱਥੇ ਲੱਗਣਾ ਮੇਰੇ ਕੋਲ ਲੱਤਾਂ 'ਚ ਮਾਰਦੇ ਅੱਗੇ ਬੜੀਆਂ ਵਧੀਆ ਓਹੋ ਨਖਰੇ ਨਹੀਂ ਕਰੀ ਜਾਂਦੇ ਕੁੱਤੇ ਕੰਮ ਨਹੀਂ ਕਰੀ ਜਾਂਦੇ ਇੱਧਰ ਚੱਲਿਆ ਵਾ ਭਾਬੀ ਨਾਲ
ਕਾਕਾ ਵੀ ਖੜੇ ਕਾਕੇ ਓਏ ਕਾਕੇ ਕਾਕੇ ਨੇ ਜ਼ਿਆਦਾ ਪੜ੍ਹਦੇ ਜਾਂਦਾ ਕਾਕਾ ਵੀ ਨਾਲ ਚੱਲਿਆ ਬੇਟੇ ਮੈਂ ਕਿਹਾ ਸ਼ਾਇਦ ਕਾਕਾ ਵੀ ਨਾਲ ਚੱਲਿਆ ਇਹਦਾ ਆਪਦੇ ਤੇ ਪੇ ਹੋ ਜਾਣਾ ਗੂਗਲ ਪੇ ਆ ਬਰਾਬ ਚੱਲਿਆ ਹੀ ਉਹਦੇ ਨਾਲ ਬਾਹਰੋਂ ਆ ਜਾ ਇੱਧਰ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਦਾ ਤੇ ਰੋਟੀ ਲਈ ਪ੍ਰਭ ਨੇ ਖਾ ਜੇ ਚੌਲ ਬਣਾਏ ਸੀਗੇ ਤੇ ਮੁੜਕੇ ਲੈਣ ਦੇ ਸਮੋਸੇ ਮਾਮਾ ਜੀ ਆਏ ਸੀਗੇ ਮੇਰੇ ਜਿੱਦਾਂ ਤੇਰੇ ਮਾਮੇ ਆਉਂਦੇ ਉਦਾਂ ਮੇਰਾ ਮਾਮਾ ਵੀ ਅੱਜ ਆਇਆ ਸੀਗਾ ਮੇਰਾ ਮਾਮਾ ਜੈਲਦਾਰ ਮਾਮਾ ਆਇਆ ਸੀਗਾ ਅੱਜ ਤੇਰੇ ਮਾਮੇ ਕੀ ਆ ਮੇਰੇ ਮਾਮੇ ਜੈਲਦਾਰ ਤੇਰੇ ਮਾਮੇ ਕੀ ਆ ਟਰਾਂਸਪੋਰਟ ਇੱਥੇ ਉਹਨਾਂ ਦੀ ਤੇ ਆ ਨਾ ਉਹਨਾਂ ਦੇ ਲਿਆਂਦੇ ਆਇਆ ਜਿਹੜਾ ਭੁਜੀਆ ਬਿਸਕੁਟ ਲਿਆਂਦੇ ਸੀ ਨਾ ਪ੍ਰਭ ਨੇ ਜਿੰਨਾ ਚਿਰ ਮਕਾਨ ਹੀ ਨਾ ਲੈਣਾ ਪ੍ਰਭ ਨੂੰ ਉਨਾ ਚਿਰ ਸਾਹ ਨਹੀਂ ਆਉਣਾ ਫਿਰ ਚੱਲਿਆ ਹਾਂ ਪਾਣੀ ਪੀਣਾ ਆਵੇ ਪਿਆ ਇੱਥੇ ਹੈਗਾ ਹੀ ਅਤੇ ਇਹ ਜਵਾਕਾਂ ਨੂੰ ਉਨਾ ਚਿਰ ਸਾਹ ਨਹੀਂ ਆਉਂਦਾ ਜਿੰਨਾ ਚਿਰ ਉਹ ਚੀਜ਼ ਮੁੱਕ ਨਹੀਂ ਜਾਂਦੀ ਅਤੇ ਸਾਡੇ ਪੈਸੇ ਲੂਣ ਵਾਲੇ ਚੌਲ ਬਣੇ ਆਪਾਂ ਉਹ ਖਾ ਲਏ ਆ ਅਤੇ ਕਵਲ ਜੇ ਆਊਗੀ ਤਾਂ ਆਪਦੇ ਲਈ ਦੋ ਇੱਕ ਅੱਧਾ ਫੁਲਕਾ ਲਾ ਲੂਗੀ ਅਤੇ ਅਦਰਵਾਈਜ਼ ਸਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਆਪਾਂ ਖਾ ਲਏ ਸੀਗੇ ਸ਼ਾਮੀ 'ਚ ਪਹਿਲਾਂ ਖਾਧੇ ਲੂਣ ਵਾਲੇ ਚੌਲ ਉਹ ਵੀ 1 ਵਜੇ ਖਾਧੇ ਹੈ ਨਾ ਅਤੇ ਮੁੜ ਕੇ ਆ ਗਏ ਸਮੋਸੇ ਅਤੇ ਸਮੋਸੇ ਖਾ ਲਏ ਆਪਾਂ ਮੈਨੂੰ ਲੱਗਦਾ ਅੱਧੇ ਕੁ ਘੰਟੇ ਬਾਅਦ ਹੀ ਸਮੋਸੇ ਖਾ ਲਏ ਹੈ ਨਾ ਪ੍ਰਭ ਅਤੇ ਢਿੱਡ ਉਸੇ ਨਾਲ ਹੀ ਆਫਰ ਗਿਆ ਪਰ ਢਿੱਡ ਆਫਰੇ ਤੋਂ ਵੀ ਅਯੋ ਹੋਣ ਡੇ ਪਿਆ ਅਤੇ ਪ੍ਰਭ ਨੂੰ ਹੋਣ ਲੱਗ ਗਈ ਭੁੱਖ ਅਤੇ ਹੁਣ ਪ੍ਰਭ ਨੇ ਚੌਲ ਖਾਧੇ ਚੌਲ ਖਾ ਕੇ ਵੀ ਨਾ ਅਜੇ ਵੀ ਇਹਦਾ ਧਿਆਨ ਜਿਹੜਾ ਸੀ ਨਾ ਉਹ ਬਿਸਕੁਟ ਭੁਜੀਏ ਵੱਲ ਹੈਗਾ ਸੀ ਫਿਰ ਉਹਨੂੰ ਮੈਂ ਮਕਾ ਹੀ ਲਵਾਂ ਅਤੇ ਮੈਂ ਫਿਰ ਸਾਹ ਲੈਣਾ ਉੱਧਰ ਇਹ ਕੀ ਆ ਆਹ ਸਟੋਲ ਨਾ ਮੈਂ ਆਪਦੇ ਲਈ ਲਿਆ ਵਾ ਅਤੇ ਇਹਨੇ ਭਾਅ ਜੀ ਨੇ ਐ ਬੰਨੀ ਫਿਰਦਾ ਕਿ ਜਿਵੇਂ ਇਹਦਾ ਹੁੰਦਾ ਵਾ ਅਤੇ ਹੁਣ ਆਪਾਂ ਬੈਠੇ ਹਾਂ ਰੈਸਟ ਕਰਨ ਦਾ ਕਵਲ ਦੀ ਵੇਟ ਕਰਨ ਦਾ ਜਗਰੂਪ ਅੱਜ ਘਰ ਨਹੀਂ ਹੈਗੇ ਅੱਜ ਉਹ ਗਿਆ ਡਿਊਟੀ ਅਤੇ ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨੂੰ ਅਤੇ ਅੱਜ ਦਾ ਦਿਨ ਸਾਡਾ ਇੱਦਾਂ ਨਿਕਲਿਆ ਅੱਜ ਮੈਂ ਤੁਹਾਨੂੰ ਕੰਮ ਥੋੜ੍ਹਾ ਇੰਨਾ ਜ਼ਿਆਦਾ ਨਹੀਂ ਪਿਆ ਹਿਸਾਬ ਦਾ ਹੀ ਪਿਆ ਅਤੇ ਡੈਡੀ ਵੈਸੇ ਕਹਿਣ ਦੇ ਕਿ ਰੈਸਟ ਕਰ ਤੂੰ ਕੰਮ ਨਾ ਕਰ ਕੋਈ ਵੀ ਅਜੇ ਅਤੇ ਮੈਂ ਹੁਣ ਜਿਹੜਾ ਭੈਣ ਭਰਾ ਘਰ ਆਇਆ ਉਹ ਕੰਮ ਦੇ ਕਰਨੇ ਹੀ ਪੈਣੇ ਆ ਗਿਆ ਜੇ ਮੇਰਾ ਸ਼ੇਰ ਪੁੱਤ ਸਵੇਰੇ ਸਕੂਲੇ ਲੱਗਣ ਸਕੂਲ ਨਾ ਮੇਰੇ ਉੱਤੇ ਪਾਣੀ ਨਾ ਪਾ ਦੀਆਂ ਓਏ ਬੜਾ ਬੜਾ ਮਜ਼ਾ ਆਉਂਦਾ ਹੁੰਦਾ ਸੀ ਹੈ ਨਿੱਕੇ ਹੁੰਦੇ ਇੱਦਾਂ ਕਰੀ ਦਿੰਦਾ ਸੀ ਪਾਣੀ ਮੂੰਹ 'ਚ ਭਰ ਕੇ ਨਾ ਅਤੇ ਜਦੋਂ ਵੀ ਕਹਿਣਾ ਐਂ ਕਰਨਾ ਜਵਾਕਾਂ ਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਉਹਦੇ ਗਵਾਹ ਕਰਨ ਦਿਆ ਵੇਲਾ ਇਹਨੇ ਕਿੱਡੀ ਮੱਲ ਮਾਰੀ ਮੇਰੇ ਉਹ ਮੇਰੇ ਸਟਾਲ ਉਹ ਕਹਿੰਦਾ ਮੇਰਾ ਮਫਰ ਲਿਆ ਇਹ ਵੇਖ ਹੁਣ ਮੈਨੂੰ ਲੱਗਦਾ ਲੋਕੀ ਕਹਿੰਦੇ ਕੁੜੀਆਂ ਆਉਂਦੇ ਉਹ ਮਾਵਾਂ ਦੀਆਂ ਚੀਜ਼ਾਂ ਦੀ ਮੱਲ ਮਾਰ ਲੈਂਦੇ ਇੱਧਰ ਉਲਟ ਹੁੰਦਿਆ ਵਾ ਇੱਧਰ ਮੇਰਾ ਮੁੰਡਾ ਹੀ ਮੇਰੀਆਂ ਚੀਜ਼ਾਂ ਦੀ ਮੱਲ ਮਾਰੀ ਜਾਂਦਾ ਵਾ ਕੱਲ੍ਹ ਨੂੰ ਮੈਂ ਕੋਈ ਲਿਪਸਟਿਕ ਲਾਉਂਗੀ ਕੋਈ ਚੀਜ਼ ਲਾਉਂਗੀ ਤੇ ਤੂੰ ਉਹਦੀ ਵੀ ਮੱਲ ਮਾਰ ਲਿਆ ਕਰੇਗਾ ਉਹ ਮੈਂ ਸਨੋਈ ਦੇ ਲਾ ਲਾ ਮਕਾਲੇ ਕਰਨੀ ਤੂੰ ਤੇਰੇ ਵਾਸ ਚਲੇ ਤੂੰ ਮੇਰਾ ਸੂਟ ਵੀ ਪਾਲੇਗਾ ਪਾਲੇਗਾ ਮੇਰਾ ਸੂਟ ਅੱਛਾ ਕਿਉਂ ਮੈਂ ਉੱਪਰ ਚੜੇ ਗਈ ਜਾਦਾ ਹਾਏ ਕਿੱਡਾ ਕਲੈਣਾ ਇੱਧਰ ਵੇ ਕੀ ਕਰਦਾ ਹਾਂ ਕਲੈਣਾ ਉਹ ਵੇ ਉਹ ਕੀ ਕਰਨ ਦੀ ਇਹ ਚੌਲ ਖਾਏ ਬਾਹਰ ਵੇਖਿਆ ਖਾਇਆ ਹੀ ਆ ਤੇ ਮੈਂ ਇੱਧਰ ਲਾ ਨਾ ਯਾਰ ਨਾ ਉਹਨੂੰ ਸਤਾਇਆ ਕਰ ਵਿਚਾਰੀ ਨੂੰ ਤੇਰੇ ਵਾਲ ਲੱਗ ਜਾਣੇ ਤੂੰ ਵੀ ਹਟ ਜਾ ਤੈਨੂੰ ਵੀ ਮਹਿੰਗਾ ਪੈਣਾ ਹੀ ਹਟ ਜਾ ਸੁਧਰ ਜਾ ਉਹ ਯਾਰ ਨਾ ਸਤਾ ਉਹਨੂੰ ਵਿਚਾਰੀ ਨੂੰ ਬੋਕਸਿੰਗ ਦਾ ਲੱਗਦਾ ਕੁਝ ਤੇ ਦੰਦੀ ਵੜ ਦੂਗੀ ਤੇ ਫੇਰ ਆ ਸੱਚੀ ਵੜਦੀ ਤੇ ਫੇਰ ਆ ਮੇ ਵੇ ਵੇ
ਸਤਾਰ ਨੂੰ ਅੱਜ ਨਾ ਮੇਰਾ ਮਾਮਾ ਆਇਆ ਤੇ ਉਹ ਕਹਿੰਦਾ ਸਨੋਈ ਨੂੰ ਅਸੀਂ ਲੈ ਜਾਈਏ, ਅਸੀਂ ਇਹਨੂੰ ਨਾ ਦੂਜਾ ਮਰਾਬ ਦੇ ਕੋਲ ਲੈ ਜਾਈਏ, ਮੈਂ ਉਹਨਾਂ ਦੀ ਜਿਹੜੀ ਮੇਰਾ ਮਾਮਾ ਜੀ ਦੀ ਨੂੰਹ ਆ ਨਾ ਉਹਨਾਂ ਨੂੰ ਵੀ ਡੋਗੀ ਬੜੇ ਪਸੰਦ ਆ, ਤੇ ਉਹ ਕਹਿੰਦੀ ਵੀ ਮੈਨੂੰ ਐਵੇਂ ਦਾ ਡੋਗ ਲਿਆ ਕੇ ਦਓ, ਤੇ ਉਹ ਇਹਨੂੰ ਵੇਖ ਕਹਿੰਦੇ ਵੀ ਅਸੀਂ ਲੈ ਜਾਂਦੇ ਹਾਂ, ਤੇ ਡੈਡੀ ਕਹਿੰਦੇ ਲੈ ਜਾਓ, ਤੇ ਪ੍ਰਭ ਨੂੰ ਅਸੀਂ ਪੁੱਛਿਆ, ਉਹਨਾਂ ਨੇ ਪੁੱਛਿਆ ਵੀ ਪ੍ਰਭ ਨੂੰ ਪੁੱਛ ਲਓ ਪਹਿਲਾਂ ਇਹ ਨਾ ਨਿਆਣਾ ਮੁੜ ਕੇ ਕਰੇ, ਤੇ ਪ੍ਰਭ ਨੂੰ ਪੁੱਛਿਆ ਤੇ ਕਹਿੰਦੇ ਨਹੀਂ ਅਸੀਂ ਨਹੀਂ ਦੇਣੀ, ਅਸੀਂ ਨਹੀਂ ਦੇਣੀ, ਹੈਂ ਕਿਉਂ ਨਹੀਂ ਦੇਣੀ, ਦੇ ਦਈਏ ਮੈਂ ਤੇ ਨਹੀਂ ਪ੍ਰਭ, ਸਾਡੇ ਰੀਤੀ ਰਿਵਾਜ਼ 'ਚ ਨਹੀਂ ਹੈਗਾ, ਕਿਉਂ ਧੀਆਂ ਕਿਸੇ ਦੇ ਘਰ ਦੇਣੀਆਂ, ਤੁਹਾਡੇ ਰੀਆਂ ਦੀ ਰੀਤੀ ਰਿਵਾਜ਼ ਨਹੀਂ ਹੈਗਾ ਧੀਆਂ ਤੋਰਨਾ, ਧੀਆਂ ਨੇ ਇੱਕ ਦਿਨ ਆਪਦੇ ਘਰ ਜਾਣਾ ਹੀ ਹੁੰਦਾ, ਖਲਾਰਾ ਪੈਂਦਾ ਪੁੱਤ, ਹੁਣ ਵਾਹ ਖਲਾਰਾ ਸਾਂਭਿਆ, ਨਾ ਪੰਗੇ ਲੈ ਕਟਾਈ ਜਾਂਦੇ, ਸਿਰ ਤੋਂ ਪੱਗਾਂ ਲਾ ਹੀ ਜਾਂਦੇ, ਬਿੱਲੀਆਂ ਕਰਨ ਮਖੌਲ ਸ਼ੇਰਾਂ ਨੂੰ, ਗਿੱਦੜ ਮੁੱਚ ਚੜਾ ਹੀ ਜਾਂਦੇ, ਪ੍ਰਭ ਨੂੰ ਆ ਗਾਣਾ ਇੰਨਾ ਪਸੰਦ ਹੈ ਨਾ, ਇੰਨਾ ਸੁਣਦਾ, ਚੜਿਆਈ ਜਾਂਦੇ, ਗਿਰਗਟ ਰੰਗ ਵਿਖਾਈ ਜਾਂਦੇ, ਸਾਡੀ ਪਿੱਠ ਲਵਾਈ ਜਾਂਦੇ, ਆਪਣੇ ਹੀ ਮਰਵਾਈ ਜਾਂਦੇ, ਵੇ ਕਿੰਨਾ ਯਾਦ ਵੀ ਇਹਨੂੰ ਹੋ ਗਿਆ ਈ, ਹੋਰ ਸਾਡੇ ਬੋਲ ਬੋਲ ਬੋਲ, ਸਾਡੇ ਦਾੜੇ ਹੱਥਾਂ ਵਿੱਚ ਆਈ ਜਾਂਦੇ, ਦੁਸ਼ਮਣਾਂ ਦੇ ਹੱਥਾਂ ਵਿੱਚ ਆਈ ਜਾਂਦੇ, ਯਾਰ ਕਿੱਦਾਂ ਯਾਹ ਲੈਣਾ ਯਾਰ, ਚੇਤਾ ਭੁੱਲ ਗਿਆ, ਤੇ ਇਹਨੂੰ ਨਾ ਇੰਨਾ ਇਹ ਪਸੰਦ ਹੈ, ਆਈ ਜਾਂਦੇ ਸਾਡੇ ਦਾੜਿਆਂ ਉੱਤੇ, ਜਿਹੜੇ ਦਾਗ ਜੀ ਜਾਗ ਜਾਓ ਤੁਸੀਂ ਕਿਹੜੀ ਨੀਂਦਰ ਸੁੱਤੇ, ਪ੍ਰਭ ਨੂੰ ਇੰਨਾ ਪਸੰਦ ਹੈ ਨਾ ਇਹ, ਪਤਾ ਨੀ ਦਿਨ ਚ ਕਿੰਨੀ ਵਾਰ ਹੀ ਸੌਂਦਾ, ਮੈਨੂੰ ਲੱਗਦਾ ਵੀ ਦਿਨ ਚ ਜਦੋਂ ਇਹਦਾ ਟਾਈਮ ਲੱਗਦਾ ਨਾ ਇਹ ਇਹੋ ਹੀ ਗਾਣਾ ਲੈਪਟਾਪ ਤੇ ਲਾ ਲੈਂਦਾ, ਆਹੇ ਇਹ ਸੁਣ ਕੇ ਤੇ ਮੈਨੂੰ ਮੋਟੀਵੇਸ਼ਨ ਮਿਲਦਾ, ਇਹਨੂੰ ਵੀ ਇੱਕ ਮੋਟੀਵੇਸ਼ਨ ਕਿੱਧਰ ਉੱਤੇ ਕਿੱਧਰ ਮਿਲਦਾ, ਇਹ ਨਾ ਇੱਕ ਅਸਲ 'ਚ ਹੈਵੀ ਸੌਂਗ ਵੀ ਮੋਟੀਵੇਸ਼ਨ ਵਾਲਾ ਹੀ ਹੈ ਨਾ ਪ੍ਰਭ, ਤਾਂ ਕਰਕੇ ਹਾਂ ਇਹ ਵੇਲਾ ਭੁੱਜੀਆ ਡੋਲ ਚੱਲਿਆ ਸੀਗਾ, ਆਜਾ ਥੱਲੇ ਬਹਿ ਜਾ, ਚਲੋ ਗਾਈ ਸੁਣ ਆਪਾਂ ਮਿਲਦੇ ਥੋੜ੍ਹੀ ਦੇਰ ਬਾਅਦ।